ਹੁਣ ਆਪਣਾ ਰਿਪਰ ਵੀਰੇ 6 ਫੁੱਟ ਦਾ, 6 ਫੁੱਟ ਦਾ ਰਿਪਰ, 6 ਫੁੱਟ ਦਾ। ਇਹਦੇ ਵਿੱਚ ਦੇਖੋ ਦਾਤੀ ਪੂਰੀ ਪੂਰੀ ਆ। ਰਿਪਰ ਕੀ ਕਰਦੇ ਨੇ, 6.5 ਫੁੱਟ ਦਾ ਬਣਾ ਦਿੰਦੇ ਨੇ ਜੀ, ਦਾਤੀ ਅੱਡੀ ਰੱਖ ਦਿੰਦੇ, ਉਹਦੇ ਵਿੱਚ ਪੂਰਾ ਹੱਥ ਪੈ ਜਾਂਦਾ, ਐਵੇਂ 4 ਉਂਗਲਾਂ ਹੋਰ ਪੈ ਜਾਂਦੇ ਨੇ। ਜਦੋਂ ਛੁਰੀ ਕੱਸ ਕੇ ਹਜੇ ਥਾਂ ਹੋਰ ਘੱਟ ਜੂਗੀ, ਛੁਰੀ ਇੰਨੀ ਬਾਹਰ ਵੀ ਆਊਗੀ ਦੇਖ ਜੀ। ਤੇ ਓਕੇ, ਹੋਰ ਕੀ ਕਰਦੇ ਨੇ ਨਾ, ਜਿਵੇਂ ਹੁਣ ਰਿਪਰ ਦੀ ਬਾਡੀ ਵੱਡੀ ਬਣਾਤੀ, 6.5 ਫੁੱਟ ਦੀ ਬਾਡੀ ਬਣਾਤੀ, ਦਾਤੀ ਆਹੀ ਲਾ ਦੇਣ ਇੱਧਰੋਂ ਥਾਂ ਜਾ ਆਲਾ, ਕਹਿੰਦੇ ਸਾਡਾ ਟਰੈਕਟਰ ਸਾਡਾ ਰਿਪਰ 6.5 ਫੁੱਟ ਆ ਖਿੱਚਦਾ, 6.5 ਫੁੱਟ ਦਾ, ਪਰ ਉਹ ਦਾਤੀ ਓਡੀ ਹੁੰਦੀ ਆ। ਆਪਾਂ ਇੱਕ ਮੇਨ ਗੱਲ ਇਹ ਕਹਿ ਲਈਏ ਵੀ ਜਿਹੜੀ ਚੀਜ਼ ਨੇ ਕੰਮ ਕਰਨਾ ਉਹ ਓਡੀ ਬਣਾਈ ਆ, ਉਹਦਾ ਸਾਈਜ਼ ਵਧਾਤਾ ਰਿਪਰ ਵੀ। ਉਹ ਗੱਲ ਆ ਵੀ ਉਹੀ ਗੱਲ ਆ, ਬਾਡੀ ਵੱਡੀ ਬਣਾ ਦਿੰਦੇ ਨੇ, ਦਾਤੀ ਓਡੀ ਰੱਖ ਦਿੰਦੇ ਨੇ। ਮੇਨ ਗੱਲ ਵੀ ਆਪਾਂ ਇਹੀ ਕਹਿੰਦੇ, ਜੇ ਕਿਤੇ ਵੀ ਤੁਸੀਂ ਰਿਪਰ ਲੈਣਾ, ਕੋਈ ਵੀ ਕਿਸਾਨ ਭਰਾ ਰਿਪਰ ਖਰੀਦਾ, ਤੁਸੀਂ ਬਾਡੀ ਨਾ ਦੇਖੋ, ਦਾਤੀ ਦੇਖੋ ਵੀ ਉਹਦੀ ਦਾਤੀ ਕਿਆ ਫੁੱਟ ਦੀ ਕਿੱਡੀ ਆ। ਤਾਂ ਗੇਅਰ ਤੇ ਵੀ ਤਰ ਕੇ ਦਿਖਾ ਦਿੰਦੇ ਆ ਬਈ, ਆ ਲਓ ਚਲਾਇਓ ਬਈ ਮਾੜਾ ਜਿਹਾ, ਇਸ ਦੇ ਦੇ ਲੈ ਬਈ, ਗੇਅਰ ਤੇ ਵੀ ਧਰਤਾ, ਪਰਾ ਮਾੜਾ ਪਰਾ ਲੈ, ਕੋਈ ਚੱਕਰ ਨਹੀਂ ਗਾ, ਪਾਣੀ ਮਸਾ ਜਾਂਦਾ ਅੰਦਰ ਪਿਆ, ਲੈ ਚੱਕੋ, ਹੈ ਕੀ ਆ ਬਈ ਗੱਲਬਾਤ, ਪੂਰੀ ਤਸੱਲੀ ਆ ਆਪਣੇ ਕਹਿੰਦੇ, ਪੂਰੀ ਤਸੱਲੀ ਆ। ਗੇਅਰ ਤੇ ਵੀ ਧਰ ਕੇ ਦਿਖਾਤਾ, ਬਾਡੀ ਤੇ ਵੀ ਧੜਕਣ ਬਿਲਕੁਲ ਨਹੀਂ ਹੈਗੀ ਵੀਰੇ। ਇੱਕ ਤਾਂ ਵੀਰੇ ਆਪਣੇ ਗੇਅਰ ਦੀ ਆਹ ਹੱਬ ਵੱਡੀ ਕਰਤੀ ਲੰਬੀ, ਇਹ ਹੱਬ ਵੱਡੀ ਕਰਤੀ, ਹਾਂ, ਜਿਹਦੇ ਵਿੱਚ ਕੀ ਆ ਕਿ ਕ੍ਰੋਸ ਆ ਜਿਹੜਾ ਵੀ ਉਹ ਛੋਟਾ ਪਹਿਲਾਂ ਲੰਬਾ ਪੈਂਦਾ ਸੀ, ਤੇ ਰਿਪਰ ਲਿਫਟ ਫੁੱਲ ਚੱਕਦੇ ਸੀ ਤਾਂ ਉਹ ਨਾਲ ਕ੍ਰੋਸ ਉਰੇ ਲੱਗ ਜਾਂਦਾ ਸੀ, ਹੁਣ ਫੁੱਲ ਲਿਫਟ ਚੱਕੀ ਜਾਊ, ਕਿਤੇ ਕੋਈ ਟੱਚ ਨਹੀਂ ਹੋਊਗਾ। ਆਹ ਪੱਤੀ ਛੇਤੀ ਘਸ ਜਾਂਦੀ ਇੱਕ ਸੀਜ਼ਨ ਦੇ ਵਿੱਚ, ਪੱਤੀ ਘਸ ਜਾਂਦੀ, ਠੀਕ ਹੈ ਵੀਰੇ। ਆਪਣੀ ਆਮ ਕੀ ਕਰਦੇ ਨੇ ਉਰੇ ਬਈ, 6 mm ਦੀ ਪੱਤੀ ਲਾ ਦਿੰਦੇ ਨੇ, ਉਹਦੇ ਨਾਲ 2 mm ਦੀ ਹੋਰ ਲਾ ਦਿੰਦੇ ਐਕਸਟਰਾ, ਜੇ ਅਸੀਂ ਨੇ ਡਬਲ ਪੱਤੀ ਲਾਈ ਆ ਉਹ 8 mm ਹੋ ਗਈ, ਪਰ ਬਈ ਆਪਣੇ ਪਹਿਲੀ 10 mm ਲਾਈਏ ਸਿੰਗਲ ਪੱਤੀ। ਉਸ ਦਿਖਾਇਓ ਇੱਕ ਤਾਂ ਵੀਰੇ ਆਪਣਾ ਜਿਹੜੇ ਆਹ ਗੇਅਰ ਦੇ ਵਿੱਚ ਗਰਾਰੀਆਂ ਨੇ ਜੀ ਬਾਈ, ਆਹ ਆ ਦੇਖ ਵੀਰੇ, ਪੂਰੀਆਂ ਨਵੀਆਂ ਗਰਾਰੀਆਂ ਨੇ। ਆਮ ਗੇਅਰਾਂ ਦੇ ਵਿੱਚ ਤਕਰੀਬਨ ਪੁਰਾਣੇ ਜਿਹੜੇ ਪੁਰਾਣੇ ਗੇਅਰ ਹੁੰਦੇ ਨੇ ਉਹ ਲਾ ਕੇ ਦੇ, ਪਰ ਆਪਾਂ ਬਿਲਕੁਲ ਨਵੇਂ ਆ ਦੇਖੋ, ਜਿਵੇਂ ਸਟੀਲੀ ਗੇਅਰ ਨੇ ਆ ਦੇਖੋ, ਜਿਹੜੀ ਦਾਤੀ ਆ ਦੇਖ ਬਾਈ, ਧਰਤੀ ਤੋਂ ਪੂਰੀ ਸਿਰਫ 1.5 ਇੰਚ ਉੱਚੀ ਹੈ, 1.5 ਇੰਚ ਛੁਰੀ ਕੱਸ ਕੇ ਮਤਲਬ ਕਿ ਬਲੇਡ ਕੱਸ ਕੇ ਇੰਚ ਕਰੂ, ਜਮੀ ਫੁੱਲ ਸਫਾਈ ਦਊਗੀ, ਫੁੱਲ ਸਫਾਈ ਦਊ, ਫੁੱਲ ਸਫਾਈ ਆ ਦੇਖ ਵੀਰੇ, ਮਤਲਬ ਕਿ ਮਤਲਬ ਕਹਿਣ ਦਾ ਭਾਵ ਅੰਗੂਠਾ ਵੀ ਨਹੀਂ ਥੱਲੇ ਆਉਂਦਾ। ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ। ਮਿੱਤਰੋ, ਇਸ ਟਾਈਮ ਮੈਂ ਪਾਤੜਾਂ ਸ਼ਹਿਰ ਦੇ ਵਿੱਚ ਖੜਾ, ਪਾਤੜਾਂ ਸ਼ਹਿਰ ਤੁਹਾਨੂੰ ਪਤਾ ਹੀ ਹੋਊਗਾ, ਇਹ ਕਹਿ ਲਈਏ ਵੀ ਇੱਧਰ ਪਾਸੇ ਖਨੌਰੀ ਰੋਡ ਆ, ਇੱਧਰਲੇ ਪਾਸੇ ਸੰਗਰੂਰ ਆ ਨਾ, ਵਿਚਾਲੇ ਜੇ ਪੈ ਜਾਂਦਾ ਦੜਬੇ ਦੇ ਬਿਲਕੁਲ ਨਜ਼ਦੀਕ ਪੈ ਜਾਂਦਾ ਪਾਤੜਾਂ, ਅਤੇ ਇੱਥੋਂ ਪਟਿਆਲਾ ਵੀ ਬਹੁਤ ਹੀ ਦੂਰ ਨਹੀਂ ਹੈ, ਪਟਿਆਲਾ ਰੋਡ ਹੀ ਹੈ। ਅਤੇ ਇਸ ਟਾਈਮ ਮੈਂ JS ਐਗਰੀਕਲਚਰ ਵਰਕਸ਼ਾਪ ਵਾਲਿਆਂ ਦੇ ਆਇਆ, ਅਤੇ ਅੱਜ ਤੁਹਾਨੂੰ ਨਾ ਇਹਨਾਂ ਦੇ ਆਪਾਂ ਦਿਖਾਉਣੇ ਆ ਰੀਪਰ, ਬਾਈ ਨਾਲ ਮਿਲਾਉਣੇ ਆ ਤੁਹਾਨੂੰ, ਬਾਈ ਹੁਰੀ ਖੜ੍ਹੇ ਆ ਇੱਧਰਲੇ ਪਾਸੇ ਦਿਖਾਉਣੇ ਆ ਤੁਹਾਨੂੰ। ਸਤਿ ਸ਼੍ਰੀ ਅਕਾਲ ਵੀਰੇ, ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਵੀਰੇ। ਪਹਿਲਾਂ ਤਾਂ ਲੋਕੇਸ਼ਨ ਤੁਸੀਂ ਆਪਦੇ ਮੂੰਹੋਂ ਇੱਕ ਵਾਰ ਬੋਲ ਦਿਓ, ਮੈਂ ਕਿਹੜਾ ਦੱਸਦੀ ਜਿੰਨੀ ਕੁ ਦੱਸੀ ਮੈਂ। ਬਾਈ ਜੀ ਆਪਣੀ ਲੋਕੇਸ਼ਨ ਹੈਗੀ ਆ ਪਾਤਣਾ, JS ਐਗਰੀਕਲਚਰ ਨਾਂ ਦੀ ਵਰਕਸ਼ਾਪ ਹੈ, ਮਿਸਤਰੀ ਹਰੀ ਸਿੰਘ ਲਾਣਵਿਆਰਿਆਂ ਦੀ ਬਹੁਤ ਪੁਰਾਣੀ ਮਸ਼ਹੂਰ ਵਰਕਸ਼ਾਪ ਆ ਜੀ, ਤਕਰੀਬਨ ਹੋ ਗਏ ਵਰਕਸ਼ਾਪ ਨੂੰ 50-60 ਸਾਲ, ਸਾਨੂੰ 70 ਤੋਂ ਵਰਕਸ਼ਾਪ ਆ ਪੁਰਾਣੇ ਬਜ਼ੁਰਗਾਂ ਦੀ ਜੀ, ਆਪਣੀ ਹੁਣ 3ਜੀ ਪੀੜ੍ਹੀ ਆ। ਪਾਤਣਾ ਸ਼ਹਿਰ ਦੇ ਵਿੱਚ ਕੈਂਚਿਆਂ ਦੇ ਵਿੱਚ ਲੋਕੇਸ਼ਨ ਆ ਖਾਸ ਪੁਰਾਣੀ ਜੀ। ਅੱਜ ਤਾਂ ਵੀਰੇ ਚਲੋ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਰੀਪਰ ਦਿਖਾਵਾਂਗੇ ਬਾਈ, ਜਿੰਨੇ ਇਹਨਾਂ ਦੇ ਬਣ ਰਹੇ ਆ ਜਾਂ ਬਣੇ ਪਏ ਆ ਨਾ, ਹੋਰ ਕਿਹੜੇ ਕਿਹੜੇ ਬਾਈ ਇੰਪਲੀਮੈਂਟ ਤੁਸੀਂ ਤਿਆਰ ਕਰਦੇ? ਦੇਖੋ ਵੀਰੇ, ਅਸੀਂ ਰੀਪਰ ਤੋਂ ਇਲਾਵਾ ਕਲਟੀਵੇਟਰ, ਰੋਟਾਵੇਟਰ, ਹੈਰੋਂ, ਰੋਟਰੀ ਹੈਰੋਂ, ਤਕਰੀਬਨ ਆਪਣੇ ਟਟੈਲੀ ਇੰਪਲੀਮੈਂਟ ਆ ਦੇਖੋ, ਬਾਕੀ ਤੁਸੀਂ ਵੀਡੀਓ ਆਪਣੇ ਆਲੇ ਦੁਆਲੇ ਆਪਣੇ ਪਏ ਹੀ ਨੇ ਜੀ, ਅਤੇ 15-16 ਆਪਣੇ ਮੇਜਰ ਇੰਪਲੀਮੈਂਟ ਨੇ ਜਿਹੜੇ ਆਪਾਂ ਬਣਾਈ ਰਹੇ ਹਾਂ, ਜਿਹੜੇ ਆਮ ਰੈਗੂਲਰ ਖੇਤੀ ਚੱਲਣ ਵਾਲੇ ਨੇ, 12 ਮਹੀਨੇ 30 ਦਿਨ ਵਾਲੇ, ਓਕੇ, ਬਹਾਈ ਦੇ ਆਪਾਂ ਸਾਰੇ ਸੰਦ ਬਣਾ ਰਹੇ, ਜਿੰਦਰਾ ਵੱਟਾਂ ਪਾਉਣ ਵਾਲਾ, ਇੱਕ ਲੱਤ ਵਾਲਾ ਹੱਲ, ਹੈਰੋਂ, ਕਲਟੀਵੇਟਰ, ਰੋਟਰ, ਤੂੜੀ ਵਾਲਾ ਪੱਖਾ, ਇਹ ਆਪਣੇ ਮੇਜਰ ਨੇ ਕਿਸਾਨਾਂ ਦੇ, ਹਰੇਕ ਜਿਹੜੇ ਕਿਸਾਨਾਂ ਦੇ ਕੰਮ ਆਉਣ ਵਾਲੀ ਚੀਜ਼ਾਂ ਸਾਰੀਆਂ, ਹਾਂਜੀ ਹਾਂਜੀ, ਕਿਸਾਨਾਂ ਦੇ ਕੰਮ ਦੇ ਹਰੇਕ ਚੀਜ਼ ਇੱਥੇ ਬਣਦੀ ਆ। ਹਾਂਜੀ, ਅਤੇ ਬਾਈ ਗੱਲ ਆਪਾਂ ਇੱਥੋਂ ਸ਼ੁਰੂ ਕਰਦੇ, ਜਿਵੇਂ ਹੁਣ ਤੁਹਾਡੇ ਕੋਲ ਰੀਪਰ ਪੈ ਜਾਂਦਾ, ਹਾਂਜੀ ਬਈ, ਆਪਾਂ ਜੇ ਕਿਸਾਨਾਂ ਨੂੰ ਦੱਸਣਾ ਹੋਵੇ ਕਿਸਾਨਾਂ ਨੂੰ ਕਿਹੜੀ ਚੀਜ਼ ਇੱਥੇ ਬਈ ਅਗਲਾ ਹੋਰ
ਬਈ ਇੰਨੀ ਦੂਰੋਂ ਛੱਡ ਕੇ ਤੁਹਾਡੇ ਕੋਲ ਆਵੇ ਵੀ ਕਿਹੜੀ ਚੀਜ਼ ਖਾਸ ਬਣਾਉਂਦੀ ਹੈ ਚੀਜ਼ਾਂ? ਦੇਖੋ ਬਈ ਰਿਪਰ ਦੇ ਵਿੱਚ ਨਾ ਆਪਣੇ ਐਤਕੀ ਦੇਰਾ ਜਿਹੜਾ ਇਹ 2024 ਮਾਡਲ ਬਣਾਇਆ ਜੀ, ਇਹ 'ਚ ਆਪਣੇ ਬਹੁਤ ਸਾਰੀਆਂ ਚੀਜ਼ਾਂ 'ਚ ਚੇਂਜ ਕੀਤਾ ਹੋਰ ਰਿਪਰਾਂ ਮੁਕਾਬਲੇ, ਬਹੁਤ ਸਾਰਾ ਫਰਕ ਪਾਇਆ। ਇੱਕ ਤਾਂ ਵੀਰੇ ਆਪਣੇ ਗੇਅਰ ਦੀ ਆਹ ਹੱਬ ਵੱਡੀ ਕਰਤੀ ਲੰਬੀ, ਇਹ ਹੱਬ ਵੱਡੀ ਕਰਤੀ, ਹਾਂ, ਜਿਹਦੇ ਵਿੱਚ ਕੀ ਹੈ ਕਿ ਕ੍ਰੋਸ ਆ ਜਿਹੜਾ ਵੀ ਉਹ ਛੋਟਾ ਪਹਿਲਾਂ ਲੰਬਾ ਪੈਂਦਾ ਸੀ ਅਤੇ ਰਿਪਰ ਲਿਫਟ ਫੁੱਲ ਚੱਕਦੇ ਸੀ ਤਾਂ ਨਾਲ ਕ੍ਰੋਸ ਉਰੇ ਲੱਗ ਜਾਂਦਾ ਸੀ, ਹੁਣ ਫੁੱਲ ਲਿਫਟ ਚੱਕੀ ਜਾਊ, ਕਿਤੇ ਕੋਈ ਟੱਚ ਨਹੀਂ ਹੋਊਗਾ, ਟੱਚ ਕਿਤੇ ਨਹੀਂ, ਹਾਂ, ਛੋਟਾ ਕ੍ਰੋਸ ਪਊਗਾ ਅਤੇ ਉਹ ਫੁੱਲ ਲਿਫਟ ਚੱਕ ਲੂਗਾ। ਓਕੇ, ਠੀਕ ਹੈ ਬਾਈ। ਅਤੇ ਗੇਅਰ ਵੀ ਵੱਡਾ, ਤਕਰੀਬਨ 5-6 ਲੀਟਰ ਤੇਲ ਪੈਣ ਵਾਲਾ ਵੱਡਾ ਗੇਅਰ ਆ, ਪਹਿਲਾਂ ਆਮ ਜੀ 2-3 ਲੀਟਰ ਤੇਲ ਪੈਂਦਾ ਸੀ, ਹੁਣ 5-6 ਲੀਟਰ ਤੇਲ ਪੈਂਦਾ, 5-6 ਲੀਟਰ ਪੈ। ਹਾਂ, ਅਤੇ ਬਾਈ ਇੱਕ ਜਿਹੜੀ ਆਪਣੇ ਇਹ ਦਾਤੀ ਬਣਾਈ ਆ ਜੀ, ਅਤੇ ਇਹ ਜਿਹੜੀ ਦਾਤੀ ਆ ਇਹਦੇ ਵਿੱਚ ਵੀਰੇ ਇਹ ਦੋਨੇ ਚੀਜ਼ਾਂ ਕੱਸੀਆਂ ਜਾਂਦੀਆਂ ਨੇ 2-in-1। ਓਕੇ, ਦੋਨੇ ਛੁਰੀ ਵੀ ਅਤੇ ਗੰਡਾਸਾ ਵੀ ਵੀਰੇ, ਆ ਦੇਖੋ ਜਿਹੜੇ ਹੋਲ ਦਿੱਤੇ ਹੋਏ ਨੇ ਛੁਰੀ ਦੇ ਵੀ ਨੇ, ਠੀਕ ਆ, ਅਤੇ ਗੰਡਾਸੇ ਦੇ ਨੇ। ਇਹ ਆਪਣੀ ਜਿਹੜੀ ਦਾਤੀ ਆ ਬਿਨਾਂ ਕਿਸੇ ਜੋੜ ਤੋਂ ਇੱਕ ਪੀਸ 'ਚੋਂ ਬਣਾਈ ਹੋਈ, ਇੱਕੋ ਪੱਤੀ ਦੀ, ਬਿਨਾਂ ਕਿਸੇ ਜੋੜ, ਦੇਖੋ ਜੋੜ ਨਹੀਂ ਪਾਇਆ ਜੀ। ਇੱਕ ਗੱਲ ਹੁਣ ਆਪਾਂ ਆਮ ਰੀਪਰਾਂ ਬਾਰੇ ਸੁਣਦੇ ਹਾਂ ਵੀ ਕਹਿੰਦੇ ਸਾਡਾ ਰੀਪਰ ਇੰਨਾ ਚੌੜਾ ਜੀ, ਇੰਨੀ ਚੜਾਈ ਆ, ਅਤੇ ਉਹ ਜਿਵੇਂ ਵੀ ਦਾਤੀ ਦਾ ਸਾਈਜ਼ ਕੋਈ ਹੁੰਦਾ ਜਿਵੇਂ ਤੁਸੀਂ ਦੱਸਦੇ ਸੀਗੇ? ਆਹ ਦੇਖੋ ਬਾਈ, ਜਿਵੇਂ ਆਹ ਦੇਖੋ ਆਹ ਰੀਪਰ ਆ, ਇੱਧਰ ਇਹਦੇ ਨਾਲ ਦੇ ਹੀ ਪਿਆ ਜੀ ਬਾਈ, ਆਪਣੀ ਆਹ ਦੇਖਾ ਦਾਤੀ ਆ ਜੀ ਬਾਈ, ਠੀਕ ਹੈ, ਇੱਕ ਤਾਂ ਬਿਨਾਂ ਜੋੜ ਤੋਂ ਆ ਦੇਖੋ, ਇੱਕ ਪੀਸ ਉਰ ਸਿਰੇ ਤੋਂ ਲੈ ਕੇ ਸਿਰੇ ਤੱਕ ਆ, ਠੀਕ ਆ, ਇੱਕ ਸਿੱਧੀ ਆ ਜੀ, ਅਤੇ ਇੱਕ ਬਾਈ ਆਪਣੇ ਨਾ ਦਾਤੀ ਦੇ ਹੋਰ ਤੁਹਾਨੂੰ ਗੱਲ ਦੱਸਦੇ, ਜਿਵੇਂ ਆਪਣੇ ਆਹ ਛੁਰੀ ਆ ਜੀ, ਛੁਰੀ ਉਰੇ ਕਸਲੀ ਜੀ, ਅਤੇ ਜਿਵੇਂ ਆਪਣੇ ਆਹ ਕਸਲਤੀ ਛੁਰੀ ਉਰੇ, ਅਤੇ ਆਪਣੀ ਛੁਰੀ ਦੇ ਉਰੇ ਪਹਿਲਾਂ ਫਾਨਾ ਲੱਗੂਗਾ ਜੀ ਬਾਈ, ਠੀਕ ਆ, ਅਤੇ ਜਿਹੜਾ ਫਾਨਾ ਉਰੇ ਪਹਿਲਾਂ ਆਹ ਵਾਲਾ ਪਾਸੇ ਲੱਗੂਗਾ ਪੂਰਾ ਖੰਡਾ ਹੋਊਗਾ, ਕੋਈ ਲਾਈਨ ਨਹੀਂ ਬਣਾਉਂਦੀ। ਓਕੇ, ਠੀਕ ਆ, ਅਤੇ ਜਿਹੜੇ ਜਿਵੇਂ ਹੋਰ ਕਈ ਹੋਰ ਰਿਪਰਾਂ ਦੇ ਛੁਰੀ ਹੁੰਦੇ ਨੇ ਉਹ ਥੋੜ੍ਹੀ ਟੇਪਰ ਕਰਦੇ, ਉਹਨਾਂ ਦਾ ਆਹ ਪਾਸਾ ਪਹਿਲਾਂ ਲੱਗਦਾ, ਉਹ ਥਾਂ 'ਤੇ ਡਿੱਗੀ ਜਾਂਦੀ ਹੈ, ਲਾਈਨਾਂ ਜਿਹੀਆਂ ਬਣਾਈ ਜਾਂਦੀਆਂ, ਢੇਰੀਆਂ ਜਿਹੀਆਂ, ਖੰਡਾਉਂਦਾ ਨਹੀਂ ਉਹ ਰਿਪਰ। ਓਕੇ, ਅਤੇ ਇੱਕ ਵਾਰੀ ਜਿਹੜੀ ਸਭ ਤੋਂ ਵੱਡੀ ਮੇਨ ਸਮੱਸਿਆ ਅੱਜ ਕੱਲ੍ਹ ਰਿਪਰਾਂ 'ਚ ਹੋਰ ਕੰਪਨੀ ਜਿਵੇਂ ਕਹਿੰਦੇ ਨੇ ਜੋ ਵੀ ਜਿਵੇਂ ਵੀ ਕਿਸਾਨਾਂ ਨੂੰ ਕਹਿ ਕੇ ਵੇਚ ਰਹੇ, ਹਾਂ, ਵੇਚ ਰਹੇ ਨੇ, ਹੁਣ ਆਪਣਾ ਰਿਪਰ ਵੀਰੇ 6 ਫੁੱਟ ਦਾ, 6 ਫੁੱਟ ਦਾ ਰਿਪਰ, 6 ਫੁੱਟ ਦਾ, ਇਹਦੇ ਵਿੱਚ ਦੇਖੋ ਦਾਤੀ ਪੂਰੀ ਪੂਰੀ ਆ, ਜਮਾਂ ਪੂਰੀ ਪੂਰੀ ਦਾਤੀ, ਹਾਂ, ਠੀਕ ਆ, ਅਤੇ ਦਾਤੀ ਆਹ ਵਾਲਾ ਕਹਿ ਦਾਤੀ ਆ ਇਹਦੇ ਮੁਤਾਬਕ, ਦੇਖ ਪੂਰੀ ਪੂਰੀ ਸਿਰਫ ਆਹੀ ਆਪਣੇ ਤਿੰਨ ਉਂਗਲਾਂ 4 ਉਂਗਲਾਂ ਪੈਂਦੀਆਂ ਨੇ ਜੀ ਬਾਈ, ਠੀਕ ਆ। ਰਿਪਰ ਕੀ ਕਰਦੇ ਨੇ 6.5 ਫੁੱਟ ਦਾ ਬਣਾ ਦਿੰਦੇ ਨੇ ਜੀ, ਦਾਤੀ ਅੱਡੀ ਰੱਖਦੇ, ਉਹਦੇ ਵਿੱਚ ਪੂਰਾ ਹੱਥ ਪੈ ਜਾਂਦਾ, ਐਵੇਂ 2-4 ਉਂਗਲਾਂ ਹੋਰ ਪੈ ਜਾਂਦੇ ਨੇ, ਇਹ 'ਚ ਤਾਂ ਮੰਨ ਕੇ ਚਲੋ 4 ਉਂਗਲਾਂ ਦੀ ਥਾਂ 4-5 ਬਸ, ਇੰਨੀ ਕੁ ਥਾਂ, ਹਾਂ, ਇੰਨੀ ਕੁ ਥਾਂ ਜੀ, ਛੁਰੀ ਕੱਸ ਕੇ ਹਜੇ ਥਾਂ ਹੋਰ ਘੱਟ ਜੂਗੀ, ਛੁਰੀ ਇੰਨੀ ਬਾਹਰ ਵੀ ਆਊਗੀ ਦੇਖ ਜੀ, ਅਤੇ ਓਕੇ, ਹੋਰ ਕੀ ਕਰਦੇ ਨੇ ਨਾ, ਜਿਵੇਂ ਹੁਣ ਰਿਪਰ ਦੀ ਵਾਡੀ ਵੱਡੀ ਬਣਾਤੀ, 6.5 ਫੁੱਟ ਦੀ ਵਾਡੀ ਬਣਾਤੀ, ਦਾਤੀ ਆਹੀ ਲਾ ਦੇਣ, ਇੱਧਰੋਂ ਥਾਂ ਜਾ ਆਲਾ ਕਹਿੰਦੇ ਸਾਡਾ ਟਰੈਕਟਰ ਸਾਡਾ ਰਿਪਰ 6.5 ਫੁੱਟ ਆ ਖਿੱਚਦਾ, 6.5 ਫੁੱਟ ਦਾ, ਪਰ ਉਹ ਦਾਤੀ ਓਡੀ ਹੁੰਦੀ ਆ ਆਪਾਂ, ਇੱਕ ਮੇਨ ਮੇਨ ਗੱਲ ਇਹ ਕਹਿ ਲਈਏ ਵੀ ਜਿਹੜੀ ਚੀਜ਼ ਨੇ ਕੰਮ ਕਰਨਾ ਉਹ ਓਡੀ ਬਣਾਈ ਆ, ਉਹਦਾ ਸਾਈਜ਼ ਵਧਾ ਦਿੱਤਾ ਰਿਪਰ ਵੀ, ਉਹ ਗੱਲ ਆ ਵੀ ਉਹੀ ਗੱਲ ਆ, ਵਾਡੀ ਵੱਡੀ ਬਣਾ ਦਿੰਦੇ ਨੇ, ਦਾਤੀ ਓਡੀ ਰੱਖ ਦਿੰਦੇ ਨੇ, ਮੇਨ ਗੱਲ ਵੀ ਆਪਾਂ ਇਹ ਕਹਿੰਦੇ ਜੇ ਕਿਤੇ ਵੀ ਤੁਸੀਂ ਰਿਪਰ ਲੈਣਾ, ਕੋਈ ਵੀ ਕਿਸਾਨ ਭਰਾ ਰਿਪਰ ਖਰੀਦਾ, ਤੁਸੀਂ ਬਾਡੀ ਨਾ ਦੇਖੋ ਦਾਤੀ ਦੇਖੋ ਵੀ ਉਹਦੀ ਦਾਤੀ ਕੈ ਫੁੱਟ ਦੀ ਕਿੱਡੀ ਆ, ਉਹਦਾ ਸਾਈਜ਼ ਕੀ ਆ, ਹਾਂ, ਆਹ ਦਾਤੀ ਦਾ ਕੀ ਸਾਈਜ਼ ਆ ਵੀਰੇ? ਵੀਰੇ ਇਹਦੀ ਦਾਤੀ ਹੈਗੀ 5.25 ਫੁੱਟ ਦੀ, 5.25, ਇਹ ਆਮ ਰੀਪਰਾਂ ਦੇ ਵਿੱਚ ਇੰਨੀ ਹੁੰਦੀ ਆ, ਆਮ 6 ਫੁੱਟ ਐਨੇ ਹੁੰਦੇ ਵੀਰੇ, ਲੋਕ 6.5 ਫੁੱਟ ਦੇ ਵਿੱਚ ਇੰਨੀ ਰੱਖ ਦਿੰਦੇ ਨੇ, ਚਾਹੇ 6 ਫੁੱਟ ਦੇ ਵਿੱਚ ਇੰਨੀ ਆ, ਚਾਹੇ 6.5 ਫੁੱਟ ਦਾ, ਇਹੀ ਇੰਨੀ ਹੁੰਦੀ ਆ, ਨਹੀਂ 6.5 ਫੁੱਟ ਦੇ ਵਿੱਚ ਵੱਡੀ ਰੱਖਾਂਗੇ ਆਪਾਂ, ਤੁਸੀਂ ਵੱਡੀ ਰੱਖ ਦਿਓ ਵੀ ਆਮ ਕੀ ਕਰਦੇ ਆ ਵੀ ਇਹਦਾ ਰੀਪਰ ਦਾ ਸਾਈਜ਼ ਵਧਾ ਕੇ ਦਾਤੀ ਦਾ ਸਾਈਜ਼ ਉਹ ਨਹੀਂ ਕਰ ਦਿੰਦੇ ਆ, ਵੀ ਕਹਿ ਦਿੰਦੇ ਆ ਵੀ ਅਸੀਂ ਐਡੇ ਸਾਈਜ਼ ਦਾ, ਹਾਂਜੀ ਮੈਂ ਕਹਿ ਦਿੰਦਾ ਜੀ, ਦੇਖੋ ਜੀ ਸਾਡਾ ਛੋਟਾ ਟਰੈਕਟਰ ਸਾਡਾ 6.5 ਫੁੱਟ ਦਾ 6.25 ਫੁੱਟ ਦਾ ਰੀਪਰ ਖਿੱਚਦਾ ਜੀ, ਉਹ ਰੀਪਰ ਦਾ ਖਿੱਚ ਲੂਗਾ, ਉਹ ਦਾਤੀ ਕਹਿੰਦੀ ਨਹੀਂ ਨਾ ਨਿਗਾਹ ਮਾਰਦੇ ਵੀ ਦਾਤੀ ਦਾ ਉਹਦੇ ਉਹੀ 5-6 ਫੁੱਟ 5.5 ਫੁੱਟ ਵਾਲੀ ਦੀ ਦਾਤੀ ਲਾ ਦਿੰਦੇ ਨੇ ਨਾ, ਦਾਤੀ ਕਹਿੰਦੀ ਗੌਰ ਕਰਨ, ਦਾਤੀ ਮਣ ਕੇ ਦੇਖਣ, ਵਾਹ ਜੀ, ਹਾਂ, ਮੇਨ ਚੀਜ਼ ਆਹ ਦਾਤੀ ਦੇਖੋ ਜੀ, ਅਤੇ ਬਾਕੀ ਬਈ ਸਭ ਤੋਂ ਇੱਕ ਮੇਨ ਗੱਲ ਜਿਹੜੀ ਆਪਣੇ ਬਾਡੀ ਦੇ ਵਿੱਚ ਇੱਕ ਹੋਰ ਗੱਲ ਦੀ ਦਿੱਕਤ ਆਉਂਦੀ ਹੁੰਦੀ ਆਮ ਕਿਸਾਨ ਭਰਾਵਾਂ ਨੂੰ,
ਆ ਪੱਤੀ ਛੇਤੀ ਘਸ ਜਾਂਦੀ ਹੈ ਇੱਕ ਸੀਜ਼ਨ ਦੇ ਵਿੱਚ, ਪੱਤੀ ਘਸ ਜਾਂਦੀ, ਠੀਕ ਹੈ ਵੀਰੇ। ਆਪਣੀ ਆਮ ਕੀ ਕਰਦੇ ਨੇ ਉਰੇ ਬਈ 6 mm ਦੀ ਪੱਤੀ ਲਾ ਦਿੰਦੇ ਨੇ, ਉਹਦੇ ਨਾਲ 2 mm ਦੀ ਹੋਰ ਲਾ ਦਿੰਦੇ ਐਕਸਟਰਾ, ਜੇ ਅਸੀਂ ਨੇ ਡਬਲ ਪੱਤੀ ਲਾਈ ਆ ਉਹ 8 mm ਹੋ ਗਈ, ਪਰ ਬਈ ਆਪਣੇ ਪਹਿਲੀ 10 mm ਲਾਈਏ ਸਿੰਗਲ ਪੱਤੀ ਉਹ ਜੀ। ਹਾਂ ਬਲਕਿ ਤੁਹਾਨੂੰ ਮਨਾ ਕੇ ਚੈੱਕ ਵੀ ਕਰਾ ਦਿੰਦੇ, 10 mm ਲਾਈਏ ਵੀਰੇ, 10 mm ਦੀ ਪਹਿਲੀ 10 mm ਦੀ ਲਾ ਦੀ, ਹੁਣ ਦੂਜੀ ਅਲੱਗ ਤੋਂ ਪੱਤੀ ਲਾਉਣ ਦੀ ਲੋੜ ਨਹੀਂ। ਹਾਂ ਜੀ ਜੇ ਅਲੱਗ ਤੋਂ ਲਓ, ਤੇ ਇਹਦੇ ਵਿੱਚ ਵੀਰੇ ਰੀਪਰ ਦੇ ਵਿੱਚ ਤਕਰੀਬਨ ਆਪਣਾ 35 ਹੋਰਸ ਪਾਵਰ ਤੋਂ ਲੈ ਕੇ 50 ਹੋਰਸ ਪਾਵਰ ਤੱਕ ਨੋਰਮਲ ਵਧੀਆ ਚੱਲਦਾ ਬਿਨਾਂ ਕਿਸੇ ਲੋਡ ਤੋਂ, ਅਤੇ ਸਿੱਧੇ ਚੱਕਰਾਂ 'ਚ, ਸਿੱਧੇ ਚੱਕਰਾਂ 'ਚ ਸਿੱਧੇ, ਹਾਂ ਸਿੱਧੀ ਹਿਲਾਈ ਪਊਗੀ, ਕੋਈ ਪੁੱਠਾ ਨਹੀਂ ਮੋੜਨਾ ਪੈਂਦਾ, ਸਿੱਧੇ ਚੱਕਰਾਂ ਵਾਲਾ ਗੇਰਾ। ਇੱਕ ਆਪਣੇ ਰੀਪਰ ਦੀ ਇਹ ਖਾਸੀ, ਆਪਾਂ ਸਿੱਧੇ ਚੱਕਰਾਂ ਵਾਲਾ ਬਣਾਉਂਦੇ ਹਾਂ, ਇੱਕ ਪੁੱਠਿਆਂ ਵਾਲਾ, ਪਰ ਆਪਣਾ ਸਿੱਧਿਆਂ ਵਾਲਾ, ਇਹ ਸਿੱਧੇ ਚੱਕਰਾਂ 'ਚ। ਹਾਂਜੀ ਲਓ ਬਾਈ, ਤੁਹਾਨੂੰ ਫੀਚਰ ਇਹਦੇ ਵਿੱਚ ਮੰਨ ਕੇ ਚੱਲੋ ਕਹਿ ਲਈਏ ਕਿ ਸੁਵਿਧਾਵਾਂ ਤੁਹਾਨੂੰ ਫੁੱਲ ਮਿਲਣਗੀਆਂ, ਅਤੇ ਬਾਈ ਕਿੰਨੇ ਕਿੰਨੇ 6.5 ਫੁੱਟ ਦਾ ਵੀ ਕਰ ਦਿੰਦੇ ਤਿਆਰ? ਹਾਂ ਵੀਰੇ ਟਰੈਕਟਰ ਮੁਤਾਬਕ, ਜਿਹੜੇ ਟਰੈਕਟਰ ਦੇ ਹੋਰ ਤਕਰੀਬਨ ਆਮ ਤਾਂ ਵੀਰੇ 6 ਫੁੱਟਾ ਹੀ ਚੱਲਦਾ, 6 ਫੁੱਟ ਜਿਹੜਾ ਵਧੀਆ ਸਾਰਿਆਂ ਨਾਲੋਂ ਵਧੀਆ ਰਿਪਰ, 6 ਅਤੇ 6.25 ਜੀ ਜੀ, ਜਿੰਨਾ ਕੁ ਵੀ ਹਾਂ ਔਨ ਆਰਡਰ 'ਤੇ 6 ਹੀ ਚੱਲ ਰਿਹਾ ਜ਼ਿਆਦਾਤਰ, 6 ਸਾਰਿਆਂ ਨਾਲ ਸੌਖਾ, ਟਰੈਕਟਰ ਸੌਖਾ ਰਹਿੰਦਾ ਅਤੇ ਕੰਮ ਛੇਤੀ ਨਿਬੇੜਦਾ ਜੀ, ਸਫਾਈ ਵੱਧ, ਜਿਵੇਂ ਤਕਰੀਬਨ ਸਾਰੇ ਪਾਸੋਂ 6 ਵਧੀਆ ਫੁੱਲ ਕਾਮਯਾਬ ਹੈ ਵੀਰੇ, ਵਧੀਆ ਕਾਮਯਾਬ। ਹਾਂ ਬਾਕੀ ਹੁਣ ਜੇ ਟਰੈਕਟਰ ਵੱਡਾ ਛੋਟਾ ਉਹ ਮੁਤਾਬਕ ਅਸੀਂ ਬਣਾ ਦਿੰਦੇ ਹਾਂ, ਜਿਵੇਂ ਕਿੰਨੇ ਕੁ ਟਾਈਮ ਦੇ ਵਿੱਚ ਬਣ ਜਾਂਦਾ ਜੇ ਅੱਜ ਤੁਹਾਨੂੰ ਕੋਈ ਆਰਡਰ ਕਰਦੇ? ਇੱਕ ਅੱਧੇ 2 ਦਿਨਾਂ 'ਚ ਆਪਾਂ ਦੇ ਦਿੰਦੇ ਹਾਂ ਆਰਡਰ 'ਤੇ। ਓਕੇ, ਆਪਣੇ ਕੋਲ ਤਿਆਰ ਹੀ ਹੁੰਦਾ ਸਮਾਨ, ਬਸ ਤੁਹਾਡੇ ਕੋਲ ਆਰਡਰ 'ਤੇ ਤਿਆਰ ਹੁੰਦੇ, ਬਣਾਏ ਵੀ ਪਏ ਹੁੰਦੇ ਵੀਰੇ? ਆਪਣੇ ਕੋਲ ਤਿਆਰ ਪਿਆ ਹੁੰਦਾ, ਬਸ ਆਪਣੇ ਰੰਗ ਕਰਨਾ, ਟਰੈਕਟਰ ਮੁਤਾਬਕ ਗੇਅਰ ਲਾ ਕੇ ਦੇਣਾ ਜੀ, ਬਸ ਆਪਣੇ ਰੰਗ ਮਾਰ, ਬਸ ਉਹ ਰੰਗ ਰੰਗ ਦੀ ਟਾਈਮ ਬੋਡੀ ਬਣੀ ਪਈ ਹੁੰਦੀ, ਬੋਡੀ ਆਪਣੇ ਕੋਲ ਸਭ ਤਿਆਰ ਨੇ। ਲਓ ਤੇ ਬਾਈ ਇੱਕ ਆਹ ਦੇਖ ਕ੍ਰੋਸ ਦਿਖਾਇਓ, ਇੱਕ ਤਾਂ ਵੀਰੇ ਆਪਣਾ ਜਿਹੜੇ ਆਹ ਗੇਅਰ ਦੇ ਵਿੱਚ ਗਰਾਰੀਆਂ ਨੇ ਜੀ ਬਾਈ, ਆਹ ਆ ਦੇਖ ਵੀਰੇ ਪੂਰੀਆਂ ਨਵੀਆਂ ਗਰਾਰੀਆਂ ਨੇ, ਆਮ ਗੇਅਰਾਂ ਦੇ ਵਿੱਚ ਤਕਰੀਬਨ ਪੁਰਾਣੇ ਜਿਹੜੇ ਪੁਰਾਣੇ ਗੇਅਰ ਹੁੰਦੇ ਨੇ ਉਹ ਲਾ ਕੇ ਦੇ, ਪਰ ਆਪਾਂ ਬਿਲਕੁਲ ਨਵੇਂ, ਆਹ ਦੇਖੋ ਜਿਵੇਂ ਸਟੀਲੀ ਗੇਅਰ ਨੇ, ਆਹ ਦੇਖੋ ਪੂਰੇ ਮੋਟੇ ਦੰਦੇ ਵਾਲੇ। ਓਕੇ, ਹਾਂ ਜਿਹੜੇ ਅੱਜ ਕੱਲ੍ਹ ਤਕਰੀਬਨ ਇਹ ਸਪੈਸ਼ਲ ਕਰਚਾ ਰੀਪਰ ਵਾਸਤੇ ਗਰਾਰੀ ਬਣੀ ਆ, ਇਹ ਨਾ ਕਿ ਕਿਸੇ ਹੋਰ ਆਈਟਮ ਦੀ ਤਾਂ ਗਰਾਰੀ ਹੈ ਨਹੀਂ, ਆਮ ਜਿਵੇਂ ਟਰੱਕਾਂ ਟਰੁੱਕਾਂ ਦੀਆਂ ਗਰਾਰੀਆਂ ਲਾ ਦਿੰਦੇ ਨੇ ਉਹ ਵਾਲਾ ਗੇਅਰ ਨਹੀਂ ਹੈਗਾ, ਨਵਾਂ ਗੇਅਰ ਆ ਬਣਾ ਦੇ। ਹਾਂ ਬਿਲਕੁਲ ਨਵਾਂ ਬਈ ਸਮਾਨ। ਬਾਕੀ ਵੀਰੇ ਦੇਖੋ ਮੂਹਰੇ ਗੁੱਲੇ ਰੋਟਾਵੇਟਰ ਵਾਂਗ ਗੁੱਲੇ ਪੈਂਦੇ ਕਰੇ ਹੋਏ ਨੇ, ਠੀਕ ਹੈ, ਮਗਰੋਂ ਪੂੰਛ ਉੱਚੀ ਚੱਕੀ ਹੋਈ ਆ ਵੀ ਮਾਲ ਸੌਖਾ ਨਿਕਲਦਾ ਰਹੇ ਪਿਛਲੇ ਪਾਸਿਓਂ ਜੀ ਜੀ, ਉਹ ਦੇਖਾ ਦੇਖ ਉੱਚਾ ਮਗਰੋਂ। ਓਕੇ, ਅਤੇ ਆ ਇਹਦਾ ਕ੍ਰੋਸ ਆ ਵੀਰੇ, ਅਤੇ ਕ੍ਰੋਸ ਵੀ ਫੁੱਲ ਹੈਵੀ ਆ, ਤੂੜੀ ਵਾਲੀ ਵੱਡੀ ਮਸ਼ੀਨ ਦਾ ਕ੍ਰੋਸ ਆ, ਜਿਹੜੀ ਵੱਡੀ ਤੂੜੀ ਬਣਾਉਂਦੀ ਹੈ ਵੀ ਕ੍ਰੋਸ ਆ, ਉਹ ਵਾਲਾ ਕ੍ਰੋਸ ਆ ਜੀ। ਹਾਂ ਲਓ ਜੀ, ਅਤੇ ਬਾਈ ਚੈੱਕ, ਬਾਕੀ ਆ ਦੇਖੋ ਪਿੱਛੋਂ ਮਗਰੋਂ ਆਪਣੇ ਉਹ ਚੱਕੀ ਹੋਈ ਆ, ਪੂਛੇ ਦੀ ਉੱਪਰ ਵੀ ਮਾਲ ਸੌਖਾ ਨਿਕਲਦਾ ਰਹੇ ਵੀ ਟਰੈਕਟਰ ਦਾ, ਉੱਤੇ ਚਾਦਰ ਲਾਈਏ ਵੀ ਡਰਾਈਵਰ ਵਾਲੇ ਪਾਸੇ ਕੋਈ ਧੂੜ ਮਿੱਟੀ ਕੁਛ ਵੀ ਨਾ ਜਾਵੇ, ਠੀਕ? ਹਾਂਜੀ ਬਾਈ, ਪੂਰੀਆਂ ਗੱਲਾਂ ਜਿਹੜੀਆਂ ਆਮ ਰੀਪਰ ਦੇ ਵਿੱਚ ਲੋਡ ਹੁੰਦੀ ਆ ਸਾਰੀਆਂ ਗੱਲਾਂ ਧਿਆਨ 'ਚ ਰੱਖ ਕੇ ਚੀਜ਼ ਬਣਾਈ ਜਾਂਦੇ ਬਾਈ, ਮੰਨ ਕੇ ਚੱਲੋ ਕੋਈ ਦਿੱਕਤ ਨਹੀਂ ਆਊਗੀ ਜੀ, ਕੋਈ ਦਿੱਕਤ ਨਹੀਂ ਜੀ, ਆ ਵੀ ਜਾਂਦੀ ਆ ਵੀਰੇ ਆਪਾਂ ਬੈਠੇ ਹਾਂ ਜੀ, ਹਾਲੇ ਦੀ ਫੁੱਲ ਸਰਵਿਸ ਦਵਾਈ ਹੈਗੀ? ਹਾਂ ਪੂਰੇ, ਹਾਂ ਵੀਰੇ, ਵਾਹ ਜੀ। ਲਓ ਜੀ, ਅਤੇ ਬਾਈ ਕੀ ਰੇਟ ਦੇ ਵਿੱਚ ਪੈ ਜਾਂਦੇ ਇਹ ਵੀ, ਕੀ ਰੇਟ ਹੈ? ਰੇਟ ਆਇਆ ਬਾਈ ਜੀ, ਇਹ ਦੇਖੋ ਤਕਰੀਬਨ ਇਸ ਸੀਜ਼ਨ ਦਾ ਆਇਆ ਹੁਣ ਇਹਦਾ 47,000 ਰੁਪਏ ਰੇਟ ਚੱਲ ਰਿਹਾ ਜੀ ਅੱਜ ਦਾ ਰੇਟ ਆ ਵੀਰੇ। ਬਾਕੀ ਬਾਈ ਦੇਖੋ ਰੇਟ ਦੀ ਕੋਈ ਗਰੰਟੀ ਵਰੰਟੀ ਨਹੀਂ, ਘਟਦਾ ਵਾਧਾ ਰਹਿੰਦਾ? ਹਾਂ ਘਟਦਾ ਵਾਧਾ ਜ਼ਰੂਰ ਰਹਿੰਦਾ ਬਾਈ। ਲਓ ਜੀ, ਇਹ ਬਾਈ ਰੇਟ ਘਟਦਾ ਵਾਧਾ ਰਹਿੰਦਾ? ਹਾਂ, ਅਤੇ ਜੀ ਮਾਡਲ ਬਾਈ ਇੱਕੋ ਹੀ ਬਣਾਉਣੇ ਤੁਸੀਂ? ਹਾਂਜੀ ਬਈ, ਇੱਕੋ ਮਾਡਲ ਦਾ ਤਿਆਰ ਕਰਦੇ ਜਿਵੇਂ ਅਲੱਗ ਅਲੱਗ ਜਿਵੇਂ ਗੱਡੀਆਂ ਟੌਪ ਮਾਡਲ ਹੁੰਦਾ ਜਾਂ? ਨਹੀਂ ਵੀਰੇ, ਹੁਣ ਆਪਣਾ ਇੱਕ ਮਾਡਲ ਰੱਖਤਾ, ਬਸ ਇੱਕ ਉਹਦੇ ਵਿੱਚ ਕੀ ਹੈ ਕਿ ਗੇਅਰ 'ਚ ਫਰਕ ਆ ਵੀ, ਗੇਅਰ ਜੇ ਛੋਟੀ ਹੱਬ ਵਾਲਾ ਲਵਾਉਣਾ ਜਿਵੇਂ ਪਹਿਲਾਂ ਹੁੰਦਾ ਸੀ, ਇੱਕ ਉਹ ਜ਼ਰੂਰ ਲਾ ਦਿੰਦਾ, ਉਹਦਾ ਥੋੜ੍ਹਾ ਰੇਟ ਘੱਟ ਆ ਬਈ, ਰੇਟ ਦਾ ਫਰਕ ਪੈ ਜਾਂਦਾ। ਹਾਂ ਵੀਰੇ, ਅਤੇ ਹੋਰ ਆਪਣੇ ਵੀਰੇ ਮਾਡਲ ਬੰਦ ਕਰਤੇ, ਆਹਲਾ ਉਲਝਦਾ ਵੀਰੇ ਵੀ ਮੈਂ ਕਿਹੜਾ ਲਵਾਂ, ਆਪਣੇ ਇੱਕੋ ਹੀ ਮਾਡਲ ਰੱਖਦਾ, ਉਸੇ ਜੀ ਆਪਣੇ ਪੂਰੇ ਸੁਧਾਰ ਕਰਤੇ।
ਭਰ ਭਰ ਕੇ ਉਹਦੇ ਵਿੱਚ ਸੁਧਾਰ ਆ ਗਿਆ। ਠੀਕ ਆ, ਲੰਬਾ ਟਾਈਮ ਰੀਪਰ ਚੱਲੇ ਵੀ ਇੱਕ ਵਾਰ ਲੈ ਕੇ ਜਾਏ ਅਗਲਾ ਯਾਦ ਰੱਖੂ, ਯਾਦ ਰੱਖੂ ਵੀ ਅਸੀਂ ਪਾਤੜਾਂ ਤੋਂ ਲਿਆ। ਊਂ ਬਾਈ ਦੇਖ, ਪੂਰੀ ਚੀਜ਼ ਦੀ ਜ਼ਿੰਮੇਵਾਰੀ ਆ ਜੀ। ਹਾਂ, ਆਪਣੇ ਤੋਂ ਉਹ ਤਾਂ ਕੰਮ ਹੁੰਦਾ ਨਹੀਂ, ਇਹਦੇ ਵਿੱਚ ਊਈਂ ਸਾਨੂੰ ਘਣ ਮਾਰ ਕੇ ਦਿਖਾ ਦੇ ਚੱਦਰਾਂ ਦੇ ਐਂ ਵਾ ਨਾ ਜੀ। ਹਾਂ, ਚੀਜ਼ ਦੀ ਆਪਣੀ ਪੂਰੀ ਤਸੱਲੀ ਆ, ਲਓ ਚੀਜ਼ ਦੀ ਬਾਈ ਪੂਰੀ ਤਸੱਲੀ ਆ ਤੇ ਗਰੰਟੀ ਹੋਊਗੀ ਪੂਰੀ ਜੇ ਕੋਈ ਕਿਸਾਨ ਆਊਗਾ। ਬਾਈ ਤੁਹਾਨੂੰ ਇੱਕ ਹੋਰ ਗੱਲ ਦੱਸ ਦੇਣੀ ਰਹਿ ਗਈ ਸੀ ਦੱਸਣ ਵਾਲੀ, ਦੱਸਿਓ ਵੀਰੇ। ਅੱਛਾ ਵੀਰੇ, ਇੱਕ ਗੱਲ ਹੋਰ ਸੀ, ਦੇਖ ਦਾਤੀ ਬਾਰੇ, ਆਪਣੀ ਜਿਹੜੀ ਦਾਤੀ ਆ ਦੇਖ ਬਾਈ, ਧਰਤੀ ਤੋਂ ਪੂਰੀ ਸਿਰਫ 1.5 ਇੰਚ ਉੱਚੀ ਹੈ, 1.5 ਇੰਚ ਛੁਰੀ ਕੱਸ ਕੇ, ਮਤਲਬ ਕਿ ਬਲੇਡ ਕੱਸ ਕੇ ਇੰਚ ਕਰੂ, ਜਮੀ ਫੁੱਲ ਸਫਾਈ ਦਊਗੀ, ਫੁੱਲ ਸਫਾਈ ਦਊ, ਫੁੱਲ ਸਫਾਈ ਆ ਦੇਖ ਵੀਰੇ, ਮਤਲਬ ਕਿ ਮਤਲਬ ਕਹਿਣ ਦਾ ਭਾਵ ਅੰਗੂਠਾ ਵੀ ਨਹੀਂ ਥੱਲੇ ਆਉਂਦਾ, ਓਕੇ ਪੂਰਾ ਐਨ। ਤੇ ਦੇਖ ਵੀਰੇ, ਪਰਾਲੀ ਨਾ ਫਸੀ, ਅੱਗੇ ਇੱਕ ਹੋਰ ਬਲੇਡ ਲਾਇਆ ਹੋਇਆ, ਦੇਖ ਬ੍ਰਿਜ ਅੱਗੇ ਦਿਖਾ ਬਈ, ਨੇੜੇ ਆ, ਥੱਲੇ ਉੱਤਰ ਕੇ ਥੱਲੇ ਕਰਕੇ ਦਿਖਾ ਬਈ ਮਾੜਾ ਜਿਹਾ ਕੈਮਰਾ। ਆਹ ਦੇਖ ਬਈ, ਇੱਕ ਛੋਟਾ ਜਿਹਾ ਬਲੇਡ ਹੋਰ ਲਾਇਆ ਹੋਇਆ ਨਾਲ ਆਪਣੇ ਇਸ ਤਰ੍ਹਾਂ। ਠੀਕ ਹੈ ਬਈ, ਦਾਤੀ ਬਿਨਾ ਜੋੜ ਤੋਂ ਦੇਖ, ਉੱਪਰ ਪੂਰੀ ਸਪੋਰਟ ਦਿੱਤੀ ਹੋਈ ਆ, ਦੇਖ ਆਹ ਪੱਤੀ ਜਾ ਰਹੀ ਆ, ਤੇ ਵਿਚਾਲੇ ਇੱਕ ਪੱਤੀ ਸਪੋਰਟ, ਤਿੰਨ ਸਪੋਰਟਾਂ ਕਰ ਦਿੱਤੀਆਂ ਹੋਈਆਂ ਨੇ ਵੀਰੇ ਆਪਣੇ ਦਾਤੀ। ਠੀਕ ਹੈ ਵੀਰੇ, ਪਿੱਛੋਂ ਪੂੰਛ ਉੱਚੀ ਆ, ਮਾਲ ਸੌਖਾ ਨਿਕਲਦਾ ਰਹੇ ਜੀ, ਡਰਾਈਵਰ ਦੇ ਕਿ ਨਹੀਂ ਕੋਈ ਟਿੱਡਾਲਾ ਕੁਛ ਵੀ, ਧੂੜ ਮਿੱਟੀ ਕੁਛ ਨਹੀਂ ਜਾਂਦਾ, ਤੇ ਮਾਲ ਮਾਂਗਰ ਸੌਖਾ ਨਿਕਲਦਾ ਰਹੇ। ਇੱਕ ਗੱਲ, ਹੁਣ ਜਿਵੇਂ ਚੱਲਦਾ ਤੇ ਬਾਹਲਾ ਵਾਈਬ੍ਰੇਟ ਤਾਂ ਨਹੀਂ ਕਰਦਾ? ਕੁਛ ਨਹੀਂ ਵੀਰੇ, ਆਪਾਂ ਹੁਣੇ ਚਲਾ ਕੇ ਦਿਖਾ ਦਿੰਦੇ ਹਾਂ, ਪਾਣੀ ਦਾ ਗਲਾਸ ਧਰ ਕੇ ਦਿਖਾਉਂਦੇ, ਪਾਣੀ ਦਾ ਗਲਾਸ ਧਰ ਕੇ ਦਿਖਾਉਂਗਾ। ਚੱਲ ਵੀ ਚਲਾਇਓ ਬਾਈ, ਮਾੜਾ ਜਿਹਾ ਦੇਖ ਲੈਣੇ ਲੱਗ ਵੀ ਪਤਾ ਵੀ ਪਾਣੀ ਦਾ ਗਲਾਸ ਧਰ ਕੇ ਕੀ ਬਣਦਾ। ਲਓ ਜੀ, ਲੈ ਮਿੱਤਰੋ, ਆਹ ਪਾਣੀ ਦਾ ਪਿਆ ਗਲਾਸ, ਇੱਥੇ ਧਰ ਲੈਣੇ ਆ। ਲੈ ਬਾਈ, ਆ ਲੈ ਗੇਰ ਤੇ ਵੀ ਧਰ ਕੇ ਦਿਖਾ ਦਿੰਦੇ ਆ ਬਾਈ। ਆ ਲਓ ਚਲਾਇਓ ਬਾਈ, ਮਾੜਾ ਜਿਹਾ ਦੇ ਦੇ। ਲੈ ਬਾਈ, ਗੇਰ ਤੇ ਵੀ ਧਰਤਾ, ਪਰਾਂ 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 ਮਾੜਾ ਪਰਾਂ। ਲੈ ਕੋਈ ਚੱਕਰ ਨਹੀਂ ਗਾ, ਪਾਣੀ ਮਸਾ ਜਾਂਦਾ ਅੰਦਰ ਪਿਆ, ਲੈ ਚੱਕੋ। ਹੈਗੀ ਆ ਬਾਈ ਗੱਲਬਾਤ, ਪੂਰੀ ਤਸੱਲੀ ਆਪਣੇ ਕੋਲ, ਪੂਰੀ ਤਸੱਲੀ ਆ, ਗੇਰ ਤੇ ਵੀ ਧਰਕੇ ਦਿਖਾਤਾ, ਬਾਡੀ ਤੇ ਵੀ, ਕੋਈ ਧੜਕਣ ਬਿਲਕੁਲ ਨਹੀਂ ਹੈਗੀ ਵੀਰੇ। ਲਓ ਸ਼ੇਅਰ ਕਰਿਓ ਮਿੱਤਰੋ, ਦੱਬ ਕੇ ਓਕੇ ਬਾਈ। ਹਾਂ ਓਕੇ, ਤੇ ਬਾਈ ਇੱਕ ਆਹ ਆਪਣੇ ਬਜ਼ੁਰਗ ਨੇ ਜਿਨ੍ਹਾਂ ਦੀ ਵਰਕਸ਼ਾਪ ਆ, ਇਹ ਹਰੀ ਸਿੰਘ ਮਿਸਤਰੀ ਲਾਉਣ ਵਿਚਾਰੇ, ਉਹ ਹੁਣੇ ਇਹਨਾਂ ਨੇ ਵਰਕਸ਼ਾਪ ਸਟਾਰਟ ਕਰੀ ਸੀ, ਇਹਨਾਂ ਦੇ ਨਾਂ ਤੇ ਮਸ਼ਹੂਰ ਆ ਵਰਕਸ਼ਾਪ, ਉਹ ਬੈਠੇ ਨੇ ਸਰਦਾਰ ਹਰੀ ਸਿੰਘ ਵੀਰੇ, ਇਹ ਪੁਰਾਣੇ ਬਜ਼ੁਰਗ ਨੇ ਜੀ, ਇਹਨਾਂ ਦੀ ਕਾਰਡ ਕੱਢੀ ਹੋਈ ਹੈ, ਇਹਨਾਂ ਦੀ ਇਹਨਾਂ ਦੇ ਬਣਾਏ ਆ, ਹਾਂ ਇਹਨਾਂ ਦੀ, ਜਿਹੜੇ ਪੁਰਾਣੇ ਫਰਮੇ ਨੇ ਉਹਨਾਂ ਉਸੇ ਦੀ ਚੀਜ਼ ਬਣਾ ਰਹੇ ਆਪਾਂ ਵੀਰੇ। ਠੀਕ ਆ ਬਾਈ, ਲਓ ਜੀ ਧੰਨਵਾਦ, ਚੰਗਾ ਜੀ, ਸਤਿ ਸ਼੍ਰੀ ਅਕਾਲ, ਅਤੇ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ। ਬਾਕੀ ਇੱਕ ਗੱਲ ਹੋਰ, ਜਿਹੜਾ ਵੀਡੀਓ ਸ਼ੇਅਰ ਕਰਕੇ ਲੈ ਕੇ ਆਊਗਾ ਉਹਨੂੰ ਸਪੈਸ਼ਲ ਅਸੀਂ ਆਪਣੀ ਫੈਕਟਰੀ ਵੱਲੋਂ ਡਿਸਕਾਊਂਟ ਦਿੱਤਾ ਜਾਊਗਾ, ਉਹਦਾ ਡਿਸਕਾਊਂਟ ਮਿਲੂਗਾ। ਲੈ ਵੀ ਮਿੱਤਰੋ, ਸ਼ੇਅਰ ਹੁਣ ਦੱਬ ਕੇ ਕਰ ਦਿਓ ਵੀਡੀਓ ਨੂੰ, ਧੰਨਵਾਦ। ਹਾਂ, ਅਤੇ ਮੰਨ ਕੇ ਚੱਲੋ ਵੀ ਉਹਨੂੰ ਆਪਦਾ ਭਰਾ ਸਮਝ ਕੇ ਇਹ ਚੀਜ਼ ਸੇਲ ਕਰਦੇ ਆ, ਹਾਂਜੀ, ਬਹੁਤ ਘੈਂਟ ਚੀਜ਼ ਆ, ਅਤੇ ਬਹੁਤ ਪੁਰਾਣੇ ਇਸ ਫੀਲਡ ਦੇ ਵਿੱਚ ਬਾਈ ਹੋਰੀ ਹੈਗੇ, ਅਤੇ ਬਾਈ ਕੰਟੈਕਟ ਨੰਬਰ ਬੋਲ, ਕੰਟੈਕਟ ਨੰਬਰ ਵੀਰੇ ਆਪਣਾ ਹੈਗਾ 9876482024, ਅਤੇ ਦੂਸਰਾ ਆਪਣੇ ਚਾਚਾ ਜੀ ਦਾ 9852174418। ਲਓ ਇਹ ਨੰਬਰ 'ਤੇ ਬਾਈ ਸੰਪਰਕ ਕਰ ਲਓ, ਅਤੇ ਲੋਕੇਸ਼ਨ ਇੱਕ ਵਾਰ ਭੇਜ ਦਿਓ। ਹਾਂ, ਲੋਕੇਸ਼ਨ ਆਪਣੀ ਹੈਗੇ ਵੀਰੇ ਪਟਿਆਲਾ ਜ਼ਿਲ੍ਹਾ, ਪਾਤੜਾਂ ਸ਼ਹਿਰ ਆ ਜੀ, ਅਤੇ ਨੈਸ਼ਨਲ NH ਹਾਈਵੇ 771 'ਤੇ, ਇੱਥੇ ਆਪਣੇ ਵਰਕਸ਼ਾਪ ਆ ਵੀਰੇ ਪਾਤੜਾਂ ਦੇ ਵਿੱਚ, ਮੇਨ ਨੈਸ਼ਨਲ ਹਾਈਵੇ 'ਤੇ, ਵੱਡੇ 'ਤੇ ਜਿਹੜਾ ਦਿੱਲੀ ਵਾਲਾ। ਹਾਂਜੀ, ਲਓ ਜੀ ਸ਼ੇਅਰ ਕਰ ਦਿਓ ਬਾਈ ਨੰਬਰ ਉੱਤੇ, ਚੱਲੀ ਜਾਂਦਾ। ਧੰਨਵਾਦ।